ਜੀ ਕੋਈ ਗੱਲ ਨਹੀਂ, ਕੋਈ ਮਿਲੀ ਭੁਗਤ ਨਹੀਂ। ਸੋ ਸਾਡੇ ਸੀ ਐੱਮ ਸਾਹਿਬ ਨੇ ਤਾਂ ਬਿਆਨ ਜਿਹੜਾ ਦਿੱਤਾ, ਸਟੇਟਮੈਂਟ ਦਿੱਤੀ, ਤੁਸੀਂ ਪੜ੍ਹ ਹੀ ਲਿਆ ਸਾਰਿਆਂ ਨੇ। ਸੋ ਮੈਂ ਸਮਝਣਾ ਇਹ ਜਿਹੜੇ ਜੇ ਬਿਆਨਬਾਜ਼ੀਆਂ ਨੇ ਇੱਕ ਦੂਜੇ ਦੇ ਕਰਨੀਆਂ, ਉਹ ਠੀਕ ਨਹੀਂ। ਇਹ ਸੈਂਟਰਮੈਂਟ ਨੇ ਜੋ ਕੀਤਾ, ਇਹ ਜਿਹੜੀਆਂ ਨੇ, ਮੈਂ ਸਮਝਣਾ ਇਹ ਪੁਲਿਸ ਦੀਆਂ ਪਾਵਰਾਂ ਜਿਹੜੀਆਂ ਨੇ ਕੱਢਣੀਆਂ। ਸੋ ਇਹ ਜਿਹੜਾ ਸਟੈਪ ਜਿਹੜਾ ਬਿਨਾਂ ਸਰਕਾਰ ਤੋਂ ਪੁੱਛੋ ਬਗੈਰ ਜਿਹੜਾ ਕੀਤਾ, ਉਹ ਠੀਕ ਨਹੀਂ। ਇਹ ਜਾਖੜ ਸਾਹਿਬ ਬੜੇ ਇੰਟੈਲੀਜੈਂਟ ਨੇ। ਸੋ ਉਹ ਜੋ ਕਹਿੰਦੇ ਉਹਨਾਂ ਦੀ ਆਪਣੀ ਸੋਚ ਹੈ ਜੀ, ਕੋਈ ਗੱਲ ਨਹੀਂ, ਕੋਈ ਮਿਲੀ ਭੁਗਤ ਨਹੀਂ। ਸੋ ਸਾਡੇ ਸੀ ਐੱਮ ਸਾਹਿਬ ਨੇ ਤਾਂ ਬਿਆਨ ਜਿਹੜਾ ਦਿੱਤਾ, ਸਟੇਟਮੈਂਟ ਦਿੱਤੀ, ਤੁਸੀਂ ਪੜ੍ਹ ਹੀ ਲਿਆ ਸਾਰਿਆਂ ਨੇ। ਸੋ ਮੈਂ ਸਮਝਣਾ ਇਹ ਜਿਹੜੇ ਜੇ ਬਿਆਨਬਾਜ਼ੀਆਂ ਨੇ ਇੱਕ ਦੂਜੇ ਦੇ ਕਰਨੀਆਂ, ਉਹ ਠੀਕ ਨਹੀਂ। ਇਹ ਸੈਂਟਰਮੈਂਟ ਨੇ ਜੋ ਕੀਤਾ, ਇਹ ਜਿਹੜੀਆਂ ਨੇ, ਮੈਂ ਸਮਝਣਾ ਇਹ ਪੁਲਿਸ ਦੀਆਂ ਪਾਵਰਾਂ ਜਿਹੜੀਆਂ ਨੇ ਕੱਢਣੀਆਂ। ਸੋ ਇਹ ਜਿਹੜਾ ਸਟੈਪ ਜਿਹੜਾ ਬਿਨਾਂ ਸਰਕਾਰ ਤੋਂ ਪੁੱਛੋ ਬਗੈਰ ਜਿਹੜਾ ਕੀਤਾ, ਉਹ ਠੀਕ ਨਹੀਂ। ਇਹ ਜਾਖੜ ਸਾਹਿਬ ਬੜੇ ਇੰਟੈਲੀਜੈਂਟ ਨੇ। ਸੋ ਉਹ ਜੋ ਕਹਿੰਦੇ ਉਹਨਾਂ ਦੀ ਆਪਣੀ ਸੋਚ ਹੈ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।